ਅਸਲਾਮ ਅਲੈਕੁਮ ਜੀ ਨਾਜ਼ਰ, ਕੀ ਹਾਲ ਚਾਲ ਹੈ ਤਮਾਮ ਦੋਸਤਾਂ ਦਾ। ਮੈਂ ਤੁਹਾਡਾ ਸੱਜਣ ਅਤੇ ਮਿੱਤਰ ਅਰਬਾਜ਼ ਸਾਦਿਕ, ਅਤੇ ਅੱਜ ਤੁਹਾਨੂੰ ਇੱਕ ਮੁਨਫਰਿਦ ਸ਼ੌਕ ਉਸਤਾਦ ਮਲਿਕ ਮੋਕਮ ਖੋਖਰ ਸਾਹਿਬ ਇੱਧਰ ਵੇਖ ਨਾ ਸਾਡੇ ਨਾਲ ਮੌਜੂਦ ਨੇ, ਮਲਿਕ ਅਸਰ ਸਾਹਿਬ ਮੌਜੂਦ ਨੇ। ਅਸੀਂ ਸ਼ਰਕਪੁਰ ਫੇਰ ਰਹੇ ਹਾਂ ਔਰ ਇਹ ਸੀਨ ਚੈੱਕ ਕਰੋ, ਮਾਸ਼ਾਅੱਲਾ ਮੁਰਗਾਬੀ ਦੀ ਤਾਦਾਦ ਚੈੱਕ ਕਰੋ। ਸ਼ਰਕਪੁਰ ਸ਼ਹਿਰ ਦੇ ਵਿੱਚ ਇਸ ਟਾਈਮ ਅਸੀਂ ਮੌਜੂਦ ਹੈਗੇ ਹਾਂ। ਮੈਂ ਕਿਹਾ ਇੱਕ ਮੁਨਫਰਿਦ ਸ਼ੌਕ ਹੈ, ਮੁਨਫਰਿਦ ਚੀਜ਼ ਹੈ ਤੁਹਾਨੂੰ ਵਿਖਾਈਏ। ਦਾਦ ਨਾ ਇਹ ਚੀਜ਼ ਇੱਥੇ ਮੌਜੂਦ ਹੈਗੀ ਆ, ਲੋਕੀ ਲੱਭਦੇ ਫਿਰਦੇ ਨੇ। ਆਹ ਤੇ ਵਾਧੂ ਉਹ ਉੱਤੇ ਵੀ ਚੜੀਆਂ ਹੋਈਆਂ, ਮਾਸ਼ਾਅੱਲਾ। ਲੋ ਜੀ, ਅਸੀਂ ਹੁਣ ਸ਼ਰਕਪੁਰ ਆ ਗਏ ਹਾਂ ਅਤੇ ਇੰਟਰਵਿਊ ਆਪਣਾ ਕਰਾਂਗੇ ਇੱਥੇ ਮੋਕਮ ਭਾਈ ਦੇ ਸ਼ਾਗਿਰਦ ਨੇ, ਅਸਦ ਭਾਈ ਸਾਡੇ ਨਾਲ ਆਏ ਨੇ, ਅਤੇ ਤੁਹਾਨੂੰ ਇਨਸ਼ਾਅੱਲਾ ਇੰਟਰਵਿਊ ਦਾ ਵੀ ਮਜ਼ਾ ਆਏਗਾ ਅਤੇ ਤੁਸੀਂ ਲਾਈਵ ਵੇਖੋ ਇੱਥੇ ਦੀ ਖੇਤ ਖਲਿਆਨ ਮੱਝਾਂ ਗਾਵਾਂ ਪੂਰਾ ਦੇਸੀ ਮਾਹੌਲ ਹੈਗਾ ਇੱਥੇ। ਇਸ ਸਾਈਡ ਦਾ ਵੀ ਇੱਕ ਬਲੌਕ ਟਾਈਪ ਚੀਜ਼ ਬਣ ਗਈ ਹੈ।